ਜੋ ਵੀ ਢੀਂਡਸਾ ਸਾਹਿਬ ਨੇ ਸਿਧਾਂਤਕ ਸਟੈਂਡ ਲਿਆ ਕਿ ਪਾਰਟੀ ਨੂੰ ਜੋ ਪੁਰਾਣੀਆਂ ਪਰੰਪਰਾਵਾਂ ਨੇ ਜੋ ਸਿਧਾਂਤਕ ਲੀਹਾਂ ਨੇ ਉਹ 'ਤੇ ਤੋਰਨ ਦਾ ਉਹਨਾਂ ਨੇ ਤੁਹੀਆ ਚੱਕਿਆ, ਮੈਂ ਉਹਦੇ ਵਿੱਚ ਉਹਨਾਂ ਦੇ ਨਾਲ ਪੂਰਾ ਡਟ ਕੇ ਖੜ੍ਹਾ। ਜੇ ਅਕਾਲੀ ਦਲ ਨੇ ਚਾਹੇ ਭੇਦ ਬਦਬੀ ਨਹੀਂ ਕਰਾਈ ਅਸੀਂ ਕਹਿੰਦੇ ਹਾਂ, ਪਰ ਗੱਲ ਇਹ ਹੈ ਵੀ ਅਕਾਲੀ ਦਲ ਦੇ ਰਾਜ 'ਚ ਹੋਈ। ਪਾਰਟੀ ਦਾ ਬਹੁਤ ਵੱਡੀ ਇਹਸਾਨ ਹੈ ਸਾਡੇ ਉੱਤੇ, ਸਾਡੇ ਪਰਿਵਾਰ ਦੇ ਉੱਤੇ। ਅਸੀਂ ਤਾਂ ਪਾਰਟੀ ਨੂੰ ਕਦੇ ਦੇਣ ਨਹੀਂ ਸਕਦੇ। ਜੇ ਮੇਰੇ ਹਲਕੇ ਦੇ ਲੋਕ ਕਹਿਣਗੇ ਤਾਂ ਮੈਂ ਜ਼ਰੂਰ ਅਸਤੀਫਾ ਦੇਵਾਂਗਾ। ਪੰਜਾਬ ਵਿੱਚ ਸਿਆਸਤ ਇਹਨੀ ਦਿਨੀ ਕਈ ਪਾਸੇ ਨੂੰ ਜਾਂਦੀ ਨਜ਼ਰ ਆ ਰਹੀ ਹੈ। ਇੱਕ ਪਾਸੇ ਕਾਂਗਰਸੀ ਆਪਣੀ ਹੀ ਸਰਕਾਰ ਤੋਂ ਨਾਰਾਜ਼ ਨੇ ਤਾਂ ਦੂਜੇ ਪਾਸੇ ਅਕਾਲੀ ਦਲ ਵਿੱਚ ਵੀ ਹਾਲ ਕੁਝ ਬਹੁਤਾ ਚੰਗਾ ਨਹੀਂ ਹੈ। ਢੀਂਡਸਾ ਪਿਓ ਪੁੱਤ ਨੇ ਚੜ੍ਹਦੇ ਸਾਲ ਹੀ ਅਕਾਲੀਆਂ ਨੂੰ ਵੱਡਾ ਝਟਕਾ ਦੇ ਦਿੱਤਾ ਹੈ। ਅਸਤੀਫਾ ਦੇਣ ਤੋਂ ਬਾਅਦ ਬੀਤੇ ਦਿਨ ਢੀਂਡਸਾ ਮੀਡੀਆ ਅੱਗੇ ਆਏ ਤਾਂ ਆਉਂਦਿਆਂ ਹੀ ਅਕਾਲੀ ਦਲ 'ਤੇ ਬਰਸ ਪਏ। ਢੀਂਡਸਾ ਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਆ ਕੇ ਮਿਲ ਰਹੇ ਨੇ ਅਤੇ ਆਪਣਾ ਸਮਰਥਨ ਦੇ ਰਹੇ ਨੇ। ਗੱਲ ਕੀ ਸੰਗਰੂਰ ਵਿੱਚ ਢੀਂਡਸਾ ਪਰਿਵਾਰ ਦਾ ਦਬਦਬਾ ਮੁੜ ਤੋਂ ਵਧਣ ਲੱਗਿਆ, ਜਾਂ ਫਿਰ ਇਹ ਕਹਿ ਸਕਦੇ ਹਾਂ ਕਿ ਅਕਾਲੀ ਦਲ ਬਾਦਲ ਸੰਗਰੂਰ ਵਿੱਚੋਂ ਕਰੀਬ ਕਰੀਬ ਸਾਫ਼ ਹੁੰਦਾ ਨਜ਼ਰ ਆ ਰਿਹਾ। ਇਸ ਦੌਰਾਨ ਢੀਂਡਸਾ ਨੇ ਇੱਕ ਵਾਰ ਫਿਰ ਤੋਂ ਪਾਰਟੀ ਵਿੱਚ ਖਤਮ ਹੋ ਰਹੇ ਸਿਧਾਂਤਾਂ ਨੂੰ ਮੁੜ ਤੋਂ ਸਥਾਪਿਤ ਕਰਨ 'ਤੇ ਜ਼ੋਰ ਦਿੱਤਾ। ਢੀਂਡਸਾ ਮੁਤਾਬਕ ਪਾਰਟੀ ਵਿੱਚ ਮਿਲ ਕੇ ਫੈਸਲੇ ਲੈਣ ਦੀ ਪ੍ਰਥਾ ਖਤਮ ਹੋ ਗਈ ਹੈ ਅਤੇ ਇੱਕ ਵਿਅਕਤੀ ਹੀ ਸਾਰੇ ਫੈਸਲੇ ਲੈਂਦਾ ਏ। ਢੀਂਡਸਾ ਨੇ ਦਾਅਵਾ ਕੀਤਾ ਕਿ ਹੁਣ ਪਾਰਟੀ ਵਿੱਚ ਬਿਨਾਂ ਕਿਸੇ ਚਰਚਾ ਤੋਂ ਹੀ ਫੈਸਲੇ ਲੈ ਜਾਂਦੇ ਨੇ। ਅੱਜ ਇੱਥੇ ਸੰਗਰੂਰ ਆਇਆ, ਵੈਸੇ ਤਾਂ ਵਰਕਰਾਂ ਨੂੰ ਸੱਦਿਆ ਨਹੀਂ ਸੀਗਾ, ਪਰ ਫਿਰ ਵੀ ਕਾਫੀ ਜਿਹੜਾ ਹੈ ਜ਼ਿਆਦਾਤਰ ਸੁਨਾਮ ਹਲਕੇ ਦੀ ਸੰਗਤ ਅੱਜ ਇੱਥੇ ਆਈ ਹੈ ਅਤੇ ਵਰਕਰਾਂ ਦੇ ਵਿੱਚ ਤਾਂ ਬਹੁਤ ਜੋਸ਼ ਹੈ। ਬਾਕੀ ਜੋ ਇਹ ਫੈਸਲਾ ਮੇਰਾ, ਇਹ ਕੋਈ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ। ਜਿਵੇਂ ਤੁਸੀਂ ਸਟੇਟਮੈਂਟ ਵੀ ਸੁਣੀ ਹੈ ਵੀ ਦਬਾਅ ਸੀ, ਪ੍ਰੈਸ਼ਰ ਸੀ, ਮੈਂ 5 ਵਾਰ MLA ਰਹਿ ਚੁੱਕੇ ਹਾਂ, ਮੰਤਰੀ ਰਹਿ ਚੁੱਕੇ ਹਾਂ, ਅਤੇ ਮੈਂ ਖੁਦ ਆਪਦਾ ਫੈਸਲਾ ਲੈਣ ਦੀ ਜਿਹੜੀ ਹੈ ਮੇਰੇ ਕੋਲ ਅਧਿਕਾਰ ਹੈ। ਹਾਂ, ਇਹ ਜ਼ਰੂਰ ਹੈ ਵੀ ਹਰ ਗੱਲ 'ਤੇ ਵਿਚਾਰ ਚਰਚਾ ਜ਼ਰੂਰ ਕੀਤੀ ਹੈ ਅਤੇ ਉਸ ਤੋਂ ਬਾਅਦ ਜਿਹੜਾ ਹੈ ਮੈਂ ਫੈਸਲਾ ਲਿਆ। ਅਤੇ ਜੋ ਵੀ ਢੀਂਡਸਾ ਸਾਹਿਬ ਨੇ ਸਿਧਾਂਤਕ ਸਟੈਂਡ ਲਿਆ ਵੀ ਪਾਰਟੀ ਨੂੰ ਜੋ ਪੁਰਾਣੀਆਂ ਪਰੰਪਰਾਵਾਂ ਨੇ ਜੋ ਸਿਧਾਂਤਕ ਲੀਹਾਂ ਨੇ ਉਹ 'ਤੇ ਤੋਰਨ ਦਾ ਉਹਨਾਂ ਨੇ ਤੁਹੀਆ ਚੱਕਿਆ, ਮੈਂ ਉਹਦੇ ਵਿੱਚ ਉਹਨਾਂ ਦੇ ਨਾਲ ਪੂਰਾ ਡਟ ਕੇ ਖੜ੍ਹਾ। ਅਤੇ ਪਾਰਟੀ ਦੀ ਮਜ਼ਬੂਤੀ ਲਈ, ਪਾਰਟੀ ਦੀ ਚੜ੍ਹਦੀ ਕਲਾ ਲਈ ਜੋ ਵੀ ਕੁਛ ਕਰਨਾ ਪਿਆ ਅਸੀਂ ਜ਼ਰੂਰ ਕਰਾਂਗੇ। ਨਹੀਂ ਨਹੀਂ, ਜਿਹੜੀ ਉਹਨਾਂ ਨੇ ਗੱਲ ਜੋ ਮੁੱਦੇ ਨੂੰ ਲੈ ਕੇ ਉਹ ਚੱਲੇ ਹੈ ਵੀ ਪਾਰਟੀ ਨੂੰ ਜੋ ਕੁਛ ਕਮੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ, ਉਸ ਗੱਲ ਨੂੰ ਮੁੱਖ ਰੱਖ ਕੇ ਅਸੀਂ, ਮੈਂ ਵੀ ਪਾਰਟੀ ਨਹੀਂ ਛੱਡੀ। ਜੇ ਕੋਈ ਕਵੇ ਅਸੀਂ ਪਾਰਟੀ ਦੇ ਵਿੱਚ ਆ, ਪਾਰਟੀ ਨੇ ਬਹੁਤ ਕੁਛ ਦਿੱਤਾ ਸਾਨੂੰ, ਮੈਨੂੰ ਵੀ 5 ਵਾਰੀ ਮੈਂ MLA ਬਣਿਆ, 10 ਸਾਲ ਮਿਨਿਸਟਰ ਰਿਹਾ, ਤਾਂ ਮੈਂ ਸਮਝਦਾ ਕਿ ਸਾਡੀ ਵੀ ਡਿਊਟੀ ਹੈ ਵੀ ਪਾਰਟੀ ਮਜ਼ਬੂਤ ਹੋਵੇ। ਪਰ ਸਿਰਫ ਇੱਕੋ ਹੀ ਹੈ, ਪਾਰਟੀ ਮਜ਼ਬੂਤ ਤਾਂ ਹੀ ਹੋ ਸਕਦੀ ਹੈ ਵੀ ਜੋ ਪਾਰਟੀ ਦੇ ਵਿੱਚ ਜੋ ਵੀ ਕੋਈ ਕਮੀਆਂ ਪੇਸ਼ੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ, ਅਤੇ ਜੋ ਸਿਧਾਂਤ ਜਿਸ ਨੂੰ ਮੁੱਖ ਰੱਖ ਕੇ ਆਧਾਰ ਹੁੰਦਾ ਜਿਹੜਾ ਪਾਰਟੀ ਦਾ,
ਉਹਦੇ ਤੇ ਪਾਰਟੀ ਨੂੰ ਦੁਬਾਰੇ ਤੋਰਿਆ ਜਾਵੇ। ਦੇਖੋ ਢੀਂਗ ਸਾਹਿਬ ਨੇ ਸਾਰੀਆਂ ਕਹੀਆਂ ਡੈਮੋਕਰੈਟਿਕ ਸਿਸਟਮ, ਦੇਖੋ ਉਹਨਾਂ ਨੇ ਜਿਹੜੀ ਹੈ ਇੱਕ ਕੁਲੈਕਟਿਵ ਲੀਡਰਸ਼ਿਪ ਹੁੰਦੀ ਸੀ ਸ਼੍ਰੋਮਣੀ ਅਕਾਲੀ ਦਲ ਦੀ, ਜਿਹੜੀਆਂ ਵਿਚਾਰ ਚਰਚਾ ਦੇ ਵਿੱਚੋਂ ਫੈਸਲੇ ਨਿਕਲਦੇ ਸੀ ਉਹਦੀ ਗੱਲ ਉਹਨਾਂ ਨੇ ਕੀਤੀ ਹੈ, ਇਲੈਕਸ਼ਨ ਦੀ ਉਹਨਾਂ ਨੇ ਗੱਲ ਕੀਤੀ ਹੈ। ਅਤੇ ਜੋ ਪਾਰਟੀ ਦਾ ਸਿਧਾਂਤ ਸੀ ਉਹ ਪਹਿਲਾਂ ਹੁੰਦਾ ਸੀ ਅਤੇ ਜੋ ਬਾਕੀ ਜਿਹੜੀ ਚਾਹੇ ਸੱਤਾ ਹੈ ਚਾਹੇ ਹੋਰ ਹੈ। ਪਰਮਿੰਦਰ ਢੀਂਡਸਾ ਨੇ ਬੀਤੇ ਦਿਨੀ ਅਕਾਲੀ ਦਲ ਵਿੱਚ ਹੋਈ ਪ੍ਰਧਾਨਗੀ ਦੀ ਚੋਣ 'ਤੇ ਵੀ ਸਵਾਲ ਚੁੱਕੇ ਨੇ। ਢੀਂਡਸਾ ਮੁਤਾਬਕ ਪਾਰਟੀ ਦੀ ਚੋਣ ਨੀਤੀਬੱਧ ਤਰੀਕੇ ਨਾਲ ਨਹੀਂ ਹੋਈ ਹੈ। ਇਸ ਦੇ ਨਾਲ ਹੀ ਉਹਨਾਂ ਬੇਅਦਬੀ ਮਾਮਲੇ 'ਤੇ ਵੀ ਅਕਾਲੀ ਦਲ ਨੂੰ ਮਾਫ਼ੀ ਮੰਗਣ ਦੀ ਤਾਕੀਦ ਕੀਤੀ ਹੈ। ਢੀਂਡਸਾ ਮੁਤਾਬਕ ਅਕਾਲੀ ਦਲ ਨੂੰ ਬੇਅਦਬੀਆਂ ਲਈ ਖੇਦ ਜ਼ਰੂਰ ਜਤਾਉਣਾ ਚਾਹੀਦਾ ਸੀ। ਦੇਖੋ ਕਿਸੇ ਕੋਈ ਕਿਸੇ ਵਿਸ਼ੇਸ਼ ਵਿਅਕਤੀ ਦੀ ਇੱਥੇ ਗੱਲ ਨਹੀਂ ਹੈ, ਇੱਥੇ ਪਾਰਟੀ ਦੀ ਗੱਲ ਹੈ। ਜੇ ਪਾਰਟੀ ਦੇ ਵਿੱਚ ਕੋਈ ਆਈਆਂ ਕਮੀਆਂ ਉਹਨਾਂ ਨੂੰ ਦੂਰ ਕਰਨ ਦੀ ਗੱਲ ਕੀਤੀ, ਉਹਨਾਂ ਨੇ ਹੋਰ ਕੋਈ ਨਹੀਂ ਗੱਲ ਕੀਤੀ। ਮੈਂ ਤਾਂ ਉੱਥੇ ਹੈ ਨਹੀਂ ਸੀਗਾ। ਬਾਕੀ ਜੋ ਢੀਂਡ ਸਾਹਿਬ ਨੇ ਉਸ ਗੱਲ ਦਾ ਖਦਸ਼ਾ ਜ਼ਾਹਰ ਕੀਤਾ ਵੀ ਥੱਲੋਂ ਪ੍ਰੋਪਰ ਚੋਣ ਹੋਣੀ ਚਾਹੀਦੀ ਸੀ, ਪਹਿਲਾਂ ਸਰਕਲ ਦੀ ਫਿਰ ਜ਼ਿਲ੍ਹੇ ਦੀ ਫਿਰ ਸਟੇਟ ਦੀ, ਵੀ ਉਹ ਪ੍ਰਕਿਰਿਆ ਨਹੀਂ ਫੋਲੋ ਹੋਈ। ਬੇਅਦਬੀ ਦੇ ਇਸ਼ੂ ਦੀ ਵੀ ਗੱਲ ਕੀਤੀ, ਢੀਂਡਸਾ ਸਾਹਿਬ ਨੇ ਵੀ ਉਹਦੇ 'ਤੇ ਸੌਰੀ ਫੀਲ ਕਰ ਲੈਣੀ ਚਾਹੀਦੀ ਸੀ ਕਿਉਂਕਿ ਉਸ ਸਰਕਾਰ ਦੇ ਵਿੱਚ ਹੋਇਆ ਸੀਗਾ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਉਹ ਵੀ ਕਿਤੇ ਨਾ ਕਿਤੇ? ਦੇਖੋ ਗੱਲ ਇਹ ਹੈਗੀ, ਬੜਾ ਸੰਵੇਦਨਸ਼ੀਲ ਬੇਅਦਬੀ ਦਾ ਸਭ ਤੋਂ ਸੰਵੇਦਨਸ਼ੀਲ ਮਸਲਾ ਹੈ ਅਤੇ ਇਸ 'ਚ ਸਾਰੇ ਹੀ ਇਸ ਗੱਲ ਨੂੰ ਸਮਝਦੇ ਨੇ। ਪਾਰਟੀ ਵੀ ਦੇ ਵਿੱਚ ਵੀ ਇਹੀ ਵਿਚਾਰ ਚਰਚਾ ਵੀ ਠੀਕ ਹੈ, ਜੇ ਅਕਾਲੀ ਦਲ ਨੇ ਚਾਹੇ ਬੇਅਦਬੀ ਨਹੀਂ ਕਰਾਈ ਅਸੀਂ ਕਹਿੰਦੇ ਹਾਂ, ਪਰ ਗੱਲ ਇਹ ਹੈ ਵੀ ਅਕਾਲੀ ਦਲ ਦੇ ਰਾਜ 'ਚ ਹੋਈ, ਉਸ ਗੱਲ ਦੀ ਸਾਨੂੰ ਕਿਤੇ ਨਾ ਕਿਤੇ ਜਿਹੜਾ ਖੇਦ ਵਿਅਕਤ ਕਰਨਾ ਚਾਹੀਦਾ ਸੀ ਤਾਂ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਉਹ ਮੱਲਮ ਲੱਗਦਾ। ਪਰ ਇਹ ਇਕੱਲੀ ਦੇਖੋ ਕਈ ਮੁੱਦਿਆਂ ਨੂੰ ਲੈ ਕੇ ਕੋਈ ਜਿਵੇਂ ਕਹੀਏ ਵੀ ਇੱਕ ਚੀਜ਼ ਨਹੀਂ ਹੈ, ਇਹਦੇ ਵਿੱਚ ਮਲਟੀਪਲ ਇਸ਼ੂਜ਼ ਨੇ ਜਿਨ੍ਹਾਂ ਨੂੰ ਲੈ ਕੇ ਢੀਂਡ ਸਾਹਿਬ ਚੱਲੇ ਨੇ। ਜੋ ਵੀ ਨੁਮਾਇੰਦਾ ਚੁਣਨ ਦਾ, ਦੇਖੋ ਮੈਂ ਅਸਤੀਫਾ ਦਿੱਤਾ, ਪ੍ਰਧਾਨ ਸਾਹਿਬ ਨੇ ਐਕਸੈਪਟ ਕੀਤਾ, ਉਹਨਾਂ ਦਾ ਅਧਿਕਾਰ ਸੀ ਭਾਵੇਂ ਉਹ ਦੋ ਮਿੰਟ 'ਚ ਕਰਦੇ ਭਾਵੇਂ ਜਿੰਨਾ ਮਰਜ਼ੀ ਚਿਰ 'ਚ ਕਰਦੇ। ਉਸ ਤੋਂ ਬਾਅਦ ਢੀਂਡ ਸਾਹਿਬ ਨੇ ਇਹ ਗੱਲ ਕਹੀ ਹੈ ਵੀ ਜਿਹੜਾ ਚੋਣ ਕਰਨ ਦੀ ਪ੍ਰਕਿਰਿਆ ਹੈ ਉਹ ਨੇਤਾ ਜੋ ਹੈ ਪਾਰਟੀ ਦਾ ਵਿਧਾਨ ਸਭਾ ਦੇ ਵਿੱਚ ਉਹਦੀ ਚੋਣ ਜਿਹੜੀ ਹੈ ਉਹ ਐੱਮ ਐੱਲ ਏ ਵੱਲੋਂ ਚੋਣ ਕੀਤੀ ਜਾਂਦੀ ਹੈ, ਵੀ ਐੱਮ ਐੱਲ ਏ ਦੀ ਮੀਟਿੰਗ ਬਿਨਾਂ ਸੱਦੇ ਇਹ ਚੋਣ ਹੋਈ ਹੈ, ਉਹਨਾਂ ਨੇ ਮੁੱਦਾ ਉਠਾਇਆ। ਇਹ ਸਾਰਾ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਦੇ ਉੱਤੇ ਹੀ ਸੰਬੰਧਿਤ ਹੈ। ਢੀਂਡ ਸਾਹਿਬ ਜਿਵੇਂ ਤੁਸੀਂ ਵੀ ਆਪਣੇ ਢੀਂਡ ਸਾਹਿਬ ਨਾਲ ਖੜੇ ਹੋ ਇਸ ਮਾਮਲੇ 'ਚ, ਹੋਰ ਵੀ ਕੋਈ ਐੱਮ ਐੱਲ ਏ ਜਾਂ ਪਾਰਟੀ ਆਗੂ? ਦੇਖੋ ਉਹਦਾ ਤਾਂ ਨਹੀਂ ਮੈਂ ਹੁਣ ਕੋਈ ਗੱਲ ਕਹਿ ਸਕਦਾ, ਪਰ ਮੈਂ ਸਿਰਫ ਇੱਕ ਗੱਲ ਹੈ ਵੀ ਸਾਡਾ ਕੋਈ ਨਾ ਤਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ਼ ਕੋਈ ਲੜਾਈ ਹੈ। ਸਾਡੀ ਪਹਿਲਾ ਨਿਸ਼ਾਨਾ ਪਾਰਟੀ ਮਜ਼ਬੂਤ ਹੋ, ਦੂਜਾ ਹੈ ਵੀ ਪਾਰਟੀ ਦੇ ਜੋ ਵਰਕਰ ਨੇ ਉਹਨਾਂ ਦੀਆਂ ਭਾਵਨਾਵਾਂ ਅਨੁਸਾਰ ਜਿਹੜੀ ਹੈ ਪਾਰਟੀ ਅੱਗੇ ਤੁਰੇ। ਥੱਲੋਂ ਭਾਵਨਾਵਾਂ ਵਰਕਰਾਂ ਦੀਆਂ ਕੀ ਨੇ, ਕੀ ਉਹ ਚਾਹੁੰਦੇ ਨੇ, ਉਹਨਾਂ ਦੇ ਮੁਤਾਬਕ ਜਿਹੜਾ ਉਹਨਾਂ ਦੀ ਰਾਏ ਲੈ ਕੇ ਚੱਲਣੀ ਚਾਹੀਦੀ ਹੈ। ਇਸ ਦੇ ਨਾਲ ਹੀ ਪਰਮਿੰਦਰ ਸਿੰਘ ਢੀਂਡਸਾ ਨੇ ਆਪਣੀ ਵਿਧਾਇਕੀ ਛੱਡਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਢੀਂਡਸਾ ਮੁਤਾਬਕ ਚੋਣਾਂ ਜਿੱਤਣ ਵਿੱਚ ਪਾਰਟੀ ਤੋਂ ਜ਼ਿਆਦਾ ਉਹਨਾਂ ਦਾ ਆਪਣਾ ਅਸਰ ਰਸੂਖ ਮਾਇਨੇ ਰੱਖਦਾ ਸੀ। ਕੋਈ ਚਾਹੇ ਕੋਈ ਪ੍ਰਧਾਨਗੀ ਦੀ ਚੋਣ ਹੈ ਜਾਂ ਕੋਈ ਚੋਣ ਹੈ, ਉਹ ਕੋਈ ਮੁੱਦਾ ਨਹੀਂ ਹੈ। ਗੱਲ ਇਹ ਵੀ ਜਿਹੜੀ ਅਸੀਂ ਜਿਹੜਾ ਇੱਕ ਏਜੰਡਾ ਢੀਂਡ ਸਾਹਿਬ ਨੇ ਲਿਆ, ਪੂਰਾ ਏਜੰਡਾ ਤਾਂ ਹਜੇ ਤਿਆਰ ਹੋਏਗਾ ਕਿਉਂਕਿ ਸਾਰੇ ਜਿਹੜੇ ਉਹਨਾਂ ਦੇ
ਹੋਰ ਸੱਜਣ ਨੇ ਸੀਨੀਅਰ ਬੰਦੇ ਉਹਨਾਂ ਨਾਲ ਵਿਚਾਰ ਚਰਚਾ ਕਰਕੇ ਪੂਰਾ ਏਜੰਡਾ ਤਿਆਰ ਕਰਨਗੇ। ਪਰ ਮੇਨ ਇੱਕ ਸਿਧਾਂਤਿਕ ਇਸ਼ੂ ਹੀ ਹੈ, ਹੋਰ ਕੋਈ ਜ਼ਿਲ੍ਹਾ ਪ੍ਰਧਾਨ ਜਾਂ ਬਲਦੇਵ ਸਿੰਘ ਮਾਨੇ ਕਹਿੰਦੇ ਨੇ ਵੀ ਢੀਂਡ ਸਾਹਿਬ ਤਾਂ ਪਾਰਟੀ ਦੇ ਮੈਂਬਰ ਹੀ ਨਹੀਂ ਹੈਗੇ, ਵੀ ਉਹਨਾਂ ਨੇ ਮੈਂਬਰਸ਼ਿਪ ਨਹੀਂ, ਸੋਰੀ ਉਹਨਾਂ ਨੂੰ ਕੀ ਪਤਾ ਹੈਗਾ ਢੀਂਡਸਾ ਸਾਹਿਬ ਮੈਂਬਰ ਨੇ, ਸਾਡਾ ਪੂਰਾ ਪਰਿਵਾਰ ਮੈਂਬਰ ਹੈ, ਉਹਦੀ ਭਾਵਾਂ ਰਸੀਦ ਤੁਸੀਂ ਲੈ ਸਕਦੇ ਹੋ। ਪਰ ਅਸੀਂ ਇਹ ਤਾਂ ਪਹਿਲੇ ਦਿਨ ਹੀ ਅਸੀਂ ਨਹੀਂ ਇਹ ਸਮਝਿਆ ਵੀ ਕੋਈ ਰਸੀਦ ਦਿਖਾਉਣੀ ਹੈ ਜਾਂ ਕੁਛ ਹੋਰ ਹੈ, ਵੀ ਅਸੀਂ ਮੈਂਬਰ ਨਹੀਂ ਹੈ। ਇਹ ਗੱਲਾਂ ਬੜੀਆਂ ਛੋਟੀਆਂ ਨੇ, ਢੀਂਡਸਾ ਸਾਹਿਬ ਮੈਂਬਰ ਨੇ, ਮੈਂ ਮੈਂਬਰ ਹਾਂ, ਸਾਰੇ ਮੈਂਬਰ। ਉਹ ਕਹਿੰਦੇ ਜੀ ਮੈਂ ਉਹ ਕਮੇਟੀ ਦਾ ਮੈਂਬਰ ਸੀ ਜਿੱਥੇ ਮੈਂਬਰਸ਼ਿਪ ਹੁੰਦੀ ਹੈ, ਬਲਦੇਵ ਸਿੰਘ ਮਾਨ ਨੇ ਕਿਹਾ ਸੀਗਾ, ਕਹਿੰਦੇ ਉਹਦੇ ਵਿੱਚ ਇਹ ਗੱਲ ਹੀ ਨਹੀਂ ਆਈ ਕਿ ਢੀਂਡਸਾ ਸਾਹਿਬ ਨੇ ਮੈਂਬਰਸ਼ਿਪ ਵੀ ਭਰੀ ਹੈ। ਉਹ ਤਾਂ ਦੇਖੋ ਜਿਹੜੀ ਮੈਂਬਰਸ਼ਿਪ ਹੈ, ਮੈਂਬਰਸ਼ਿਪ ਢੀਂਡਸਾ ਸਾਹਿਬ ਦੀ ਹੈਗੀ ਹੈ, ਉਹਨਾਂ ਨੇ ਉਹ ਮੈਂਬਰ ਬਣੇ ਨੇ ਪਾਰਟੀ ਦੇ, ਉਹਦਾ ਤੁਹਾਨੂੰ ਜੇ ਤੁਸੀਂ ਚਾਹੋਗੇ ਅਸੀਂ ਸਾਰੀ ਉਹ ਰਸੀਟ ਦੇ ਦਾਂਗੇ, ਇਹ ਗੱਲ ਨਹੀਂ ਹੈ। ਇਹ ਤਾਂ ਉਦੋਂ ਹੀ ਸਾਰਾ ਪਰਿਵਾਰ ਸਾਡਾ ਮੈਂਬਰ ਹੈ, ਕੋਈ ਇਕੱਲੇ ਢੀਂਡਸਾ ਸਾਹਿਬ ਨਹੀਂ, ਸਾਰੇ ਅਸੀਂ ਪਰਿਵਾਰ ਮੈਂਬਰ ਹਾਂ। ਅਤੇ ਜਿਵੇਂ ਮੈਂ ਤੁਹਾਨੂੰ ਕਿਹਾ, ਪਾਰਟੀ ਦਾ ਬਹੁਤ ਵੱਡੀ ਇਹਸਾਨ ਹੈ ਸਾਡੇ ਉੱਤੇ, ਸਾਡੇ ਪਰਿਵਾਰ ਦੇ ਉੱਤੇ, ਅਸੀਂ ਤਾਂ ਪਾਰਟੀ ਦੀ ਕਦੇ ਦੇਣ ਦੇ ਹੀ ਨਹੀਂ ਸਕਦੇ। ਨਵੀਂ ਪਾਰਟੀ ਵਾਲੀ ਗੱਲ ਤਾਂ ਹੈਗੀ ਕਿੱਥੋਂ, ਨਵੀਂ ਪਾਰਟੀ ਵਾਲੀ ਕੋਈ ਗੱਲ ਹੀ ਨਹੀਂ ਹੈ, ਹਜੇ ਕੋਈ ਨਵੀਂ ਪਾਰਟੀ ਦੀ ਗੱਲ ਹੀ ਨਹੀਂ। ਦੇਖੋ ਮੈਂ ਲੋਕਾਂ ਨੇ ਚੁਣਿਆ, ਮੈਂ ਇਹ ਗੱਲ ਕਹਿ ਸਕਦਾ ਵੀ ਜਿਹੜੇ ਵੀ ਇਹਨਾਂ ਚੋਣਾਂ ਦੇ ਵਿੱਚ ਜਿਹੜੇ ਵੀ ਐਮ ਐਲ ਏ ਚੁਣ ਕੇ ਗਏ ਨੇ ਇਹਨਾਂ ਹਾਲਾਤਾਂ ਵਿੱਚ, ਉਹ ਤਕਰੀਬਨ ਸਾਰੇ ਦੇ ਸਾਰੇ ਆਪਦੇ ਨਿੱਜੀ ਅਸਰ ਸੂਖ ਦਾ ਵੀ ਬਹੁਤ ਵੱਡਾ ਉਹਦੇ ਵਿੱਚ ਰੋਲ ਸੀ ਚੁਣੇ ਜਾਣ ਦੇ ਵਿੱਚ। ਸੋ ਮੈਂ ਜੇ ਮੇਰੇ ਹਲਕੇ ਦੇ ਲੋਕ ਕਹਿਣਗੇ ਤਾਂ ਮੈਂ ਜ਼ਰੂਰ ਅਸਤੀਫਾ ਦੇਊਂਗਾ। ਫਿਲਹਾਲ ਢੀਂਡ ਸਾਹਿਬ ਪਿਓ ਪੁੱਤ ਅਤੇ ਬਾਦਲ ਪਰਿਵਾਰ ਵਿਚਾਲੇ ਜੰਗ ਦਾ ਨਗਾੜਾ ਵੱਜ ਚੁੱਕਿਆ, ਇਲਜ਼ਾਮ ਤਰਾਸੀਆਂ ਸ਼ੁਰੂ ਹੋ ਚੁੱਕੀਆਂ ਨੇ। ਅਜਿਹੇ ਵਿੱਚ ਦੇਖਣਾ ਹੀ ਹੈ ਕਿ ਪਾਰਟੀ ਦੇ ਸਿਧਾਂਤ ਮੁੜ ਤੋਂ ਸਥਾਪਿਤ ਹੁੰਦੇ ਨੇ ਜਾਂ ਫਿਰ ਅਕਾਲੀ ਦਲ ਤੋਂ ਵਿਛੜ ਕੇ ਢੀਂਡ ਸਾਹਿਬ ਪਰਿਵਾਰ ਕਿਧਰੇ ਰੁਲ ਖੁੱਲ ਜਾਂਦਾ ਹੈ। ਇਹ ਵੀ ਦੇਖਣਾ ਹੋਵੇਗਾ ਕਿ ਟਕਸਾਲੀਆਂ ਨਾਲ ਮਿਲੇ ਢੀਂਡ ਸਾਹਿਬ ਪਰਿਵਾਰ ਦੀ ਹੁਣ ਅਗਲੀ ਰਣਨੀਤੀ ਕੀ ਹੋਵੇਗੀ। ਕੀ ਬਾਦਲ ਟਕਸਾਲੀਆਂ ਤੋਂ ਚਿੱਤ ਹੋ ਪਾਉਣਗੇ ਜਾਂ ਫਿਰ ਨਹੀਂ। ਸੰਗਰੂਰ ਤੋਂ ਸੰਜੀਵ ਗੋਇਲ, ਪੰਜਾਬੀ ਲੋਕ ਚੈਨਲ।